ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਗੱਲ ਕਰਦੇ ਹਾਂ, ਪੁੱਛਦੇ ਹਾਂ ਵੀ ਸਰ ਕਿਸ ਤਰ੍ਹਾਂ ਦਾ ਅੱਜ ਦਾ ਮਾਹੌਲ ਰਿਹਾ? ਦੇਖੋ ਬਿਲਕੁਲ ਟੋਟਲੀ ਸ਼ਾਂਤੀਪੂਰਨ ਮਾਹੌਲ ਹੈ, ਆਪਾਂ ਸਾਰੇ ਇੱਥੇ ਦੇਖ ਰਹੇ ਹਾਂ ਇਹਨੂੰ, ਔਰ ਮੈਂ ਇਹਦੇ 'ਚ ਜਨਤਾ ਦਾ ਧੰਨਵਾਦੀ ਹਾਂ, ਮੀਡੀਆ ਦਾ ਧੰਨਵਾਦੀ ਹਾਂ, ਔਰ ਵਧਾਈ ਦੀ ਪਾਤਰ ਹੈ ਸਾਡੀ ਪੁਲਿਸ ਫੋਰਸ ਵੀ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਜੋ ਇਹਨਾਂ ਨੂੰ ਪਲੈਨਡ ਡਿਪਲੋਇਮੈਂਟ ਅਸੀਂ ਦੱਸੀ ਗਈ ਸੀ ਉਹਦੇ ਮੁਤਾਬਕ ਚੱਲ ਰਿਹਾ, ਔਰ ਮੈਨੂੰ ਆਸ ਹੈ ਕਿ ਇਸ ਤਰ੍ਹਾਂ ਹੀ ਆਪਾਂ ਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਪਬਲਿਕ ਦਾ ਸਹਿਯੋਗ ਮਿਲਦਾ ਰਹੇਗਾ, ਔਰ ਸਾਰੀ ਪੁਲਿਸ ਫੋਰਸ ਇਸੇ ਤਰ੍ਹਾਂ ਅਲਰਟ ਡਿਊਟੀ ਅਸੀਂ ਦੇਵਾਂਗੇ। ਸਰ, ਜਿਸੇ ਤਰ੍ਹਾਂ ਕੋਈ ਵੀ ਕੈਂਡੀਡੇਟ ਜਿੱਤਦਾ ਹੈ ਤਾਂ ਸੜਕਾਂ 'ਤੇ ਕਾਫੀ ਜਿਹੜਾ ਹੈ ਢੋਲ ਵੱਜਦੇ ਹੈ, ਹੱਲਾ ਗੁੱਲਾ ਵੀ ਕੀਤਾ ਜਾਂਦਾ, ਉਹਦੇ ਲਈ ਵੀ ਕੋਈ ਤਿਆਰੀ ਕੀਤੀ ਗਈ? ਦੇਖੋ, ਅਸੀਂ DCP ਇਨਵੈਸਟੀਗੇਸ਼ਨ ਗੁਰਮੀਤ ਸਿੰਘ ਉਹਨਾਂ ਨੂੰ ਸਪੈਸ਼ਲ ਅਤੇ ਬਾਕੀ ਦੋਨੋਂ ADCPs ਅਤੇ ਬਾਕੀ ਆਫਿਸਰ ਸਾਰੇ SHOs ਜਿਹੜੇ ਉਹ ਸ਼ਹਿਰ 'ਚ ਰੱਖੇ ਇਸੇ ਕਰਕੇ, ਔਰ ਉਹਨਾਂ ਨੂੰ ਸਾਰੀ ਪਲੈਨਿੰਗ ਔਰ ਡਿਟੇਲ ਪ੍ਰੋਗਰਾਮ ਦਿੱਤਾ ਗਿਆ, ਇਨਸ਼ੋਰ ਕਰਾਂਗੇ ਕਿ ਬਿਲਕੁਲ ਪੀਸਫੁਲੀ ਸਾਰਾ ਔਰ ਸਿਕਿਓਰ ਵੇ ਨਾਲ ਜਿਹੜਾ ਵਿਕਟਰੀ ਪ੍ਰੋਸੈਸ਼ਨ ਜੇ ਕੋਈ ਕੱਢਦੇ ਹੈ ਤਾਂ ਉਹਨੂੰ ਵੀ ਸਾਰਾ ਅਸੀਂ ਕਵਰ ਕਰਾਂਗੇ। ਜਿਸ ਤਰ੍ਹਾਂ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਵੀ ਦੱਸਿਆ ਕਿ ਜਿੱਤ ਤੋਂ ਬਾਅਦ ਵੀ ਜਿਹੜਾ ਕਾਨੂੰਨ ਨੂੰ ਬਣਾਏ ਰੱਖਣ ਲਈ ਇੱਕ DCP ਅਤੇ ਉਹਦੇ ਨਾਲ ਜਿਹੜੇ SP ਜਿਹੜੇ ਲਗਾਏ ਗਏ ਹਨ। ਕੈਮਰਾਮੈਨ ਜਵੇਸ਼ ਦੇ ਨਾਲ ਵਿਨੋਦ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ।